ਬਾਅਦ ਦੀ ਅਗਲੀ ਖਬਰ ਵੀ ਲੁਧਿਆਣਾ ਤੋਂ ਹੈ। ਉਹ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਇਸ ਤੋਂ ਪਹਿਲਾਂ ਕਾਮਯਾਬ ਹੁੰਦੇ ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ ਅਤੇ ਉਹਨਾਂ ਕੋਲੋਂ ਬਰਾਮਦ ਹੋਏ ਵਾਹਨ ਜੋ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਚੋਂ ਚੋਰੀ ਕੀਤੇ ਗਏ ਸਨ। ਕਾਲੇ ਨਕਾਬ ਨਾਲ ਮੂੰਹ ਟੱਕੇ ਇਹ ਨੌਜਵਾਨ ਇੱਕ ਸ਼ਾਤਿਰ ਚੋਰ ਗਰੋਹ ਦੇ ਮੈਂਬਰ ਨੇ ਜਿਨ੍ਹਾਂ ਦਾ ਪਰਦਾਫਾਸ਼ ਕੀਤਾ ਹੈ ਲੁਧਿਆਣਾ ਪੁਲਿਸ ਨੇ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਥਾਣਾ ਸਾਹਨੇਵਾਲ ਇਲਾਕੇ ਵਿੱਚ ਕੁਝ ਬਦਮਾਸ਼ ਚੋਰੀ ਦੀ ਯੋਜਨਾ ਕਰ ਰਹੇ ਨੇ। ਇਸੇ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ 2 ਬਦਮਾਸ਼ ਫਰਾਰ ਹੋ ਗਏ। ਪੁਲਿਸ ਮੁਤਾਬਕ ਇਹ ਗਰੋਹ ਲੁਧਿਆਣਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵਾਹਨ ਚੋਰੀ ਕਰਦਾ ਸੀ ਅਤੇ ਫਿਰ ਉਹਨਾਂ ਦੇ ਪੁਰਜੇ ਕੱਢ ਕੇ ਬਾਜ਼ਾਰ 'ਚ ਵੇਚ ਦਿੰਦੇ ਸਨ। ਮੁਲਜ਼ਮਾਂ ਕੋਲੋਂ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ। ਇਨਫੋਰਮੇਸ਼ਨ ਮਿਲਾਈ ਮਿਲੀ ਸੀਗੀ ਕਿ ਕੁਝ ਬੰਦੇ ਇਕੱਠੇ ਹੋ ਕੇ ਕੋਈ ਯੋਜਨਾਬੰਦੀ ਕਰ ਰਹੇ ਹੈਗੇ ਆ। ਉੱਥੇ ਅਸੀਂ ਕਰੀਬ ਰੇਡ ਕੀਤਾ ਸੀ, ਜਦੋਂ 5 ਬੰਦੇ ਅਸੀਂ ਮੌਕੇ ਤੋਂ ਗ੍ਰਿਫਤਾਰ ਕਰ ਲਏ ਸਾਡੀ ਪਾਰਟੀ ਨੇ, ਔਰ 2 ਬੰਦੇ ਮੌਕੇ ਤੋਂ ਭੱਜ ਗਏ ਸੀਗੇ। ਇਸ ਤੋਂ ਇਲਾਵਾ ਪੁਲਿਸ ਨੇ ਮਾਡਲ ਟਾਊਨ ਇਲਾਕੇ 'ਚ ਨਾਕੇਬੰਦੀ ਦੌਰਾਨ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਹੋਏ ਨੇ। ਟਾਊਨ ਥਾਣੇ ਦੇ ਵਿੱਚ ਅਸੀਂ ਕਰੀਬ 7 ਮੋਟਰਸਾਈਕਲ ਜਿਹੜੇ ACP ਆਪਣਾ ਸਾਹਿਬ ਬਲਵਿੰਦਰ ਸਿੰਘ ਉਹਨਾਂ ਦੀ ਪ੍ਰਾਈਵੇਟ 8SHO ਜਿਹੜਾ ਸੀ ਮਾਲਟਾ ਨੂੰ ਉਹਨਾਂ ਨੇ ਰਿਕਵਰੀ ਕੀਤੀ ਹੈਗੀ ਆ। ਉਹਦੇ ਵਿੱਚ ਅਸੀਂ 7 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਚੋਰੀ ਦੇ। ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਲਈ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋ ਸਕਣ ਅਤੇ ਪੂਰੇ ਗੈਂਗ ਦਾ ਪਰਦਾਫਾਸ਼ ਹੋ ਸਕੇ। ਪੁਲਿਸ ਨੂੰ ਮੁਲਜ਼ਮਾਂ ਕੋਲੋਂ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਅਤੇ ਪੁਲਿਸ ਟੀਮਾਂ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਨੇ। ਨਵੀਨ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ। ਤਾਂ ਪੁਲਿਸ ਨੇ ਚੋਰੀ ਦੀ ਜੋ ਸਕੀਮ ਬਣਾਈ ਜਾ ਰਹੀ ਸੀ ਉਸਨੂੰ ਨਾਕਾਮਯਾਬ ਕੀਤਾ ਅਤੇ 7 ਮੈਂਬਰ ਗ੍ਰਿਫਤਾਰ ਕੀਤੇ, ਜਦਕਿ 2 ਫਰਾਰ ਨੇ। ਤਾਂ ਪੁਲਿਸ ਨੂੰ ਉਮੀਦ ਹੈ ਕਿ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ। ਜੀ ਬਿਲਕੁਲ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।